आने वाले चोणों नूं लैके मैं पहला पंजाब दे लोकां नूं वधाई देना चाहुंदा कि जिहड़ी चोण हुंदी है इलैक्शन दा जिहड़ा दिन हुंदा है ਇਹ ਲੋਕਤੰਤਰ ਦੇ ਮਹਾਂਉਤਸਵ ਦਾ ਦਿਨ ਹੁੰਦਾ ਲੋਕਤੰਤਰ ਦਾ ਤਿਉਹਾਰ ਹੁੰਦਾ ਅਤੇ ਪੰਜਾਬ 'ਚ ਤਿਉਹਾਰ 14 ਫਰਵਰੀ ਨੂੰ ਮਨਾਇਆ ਜਾਣਾ ਜਿਹੜਾ ਇੱਕ ਨਵੇਂ ਯੁੱਗ ਦਾ ਆਗਾਜ਼ ਕਰਦਾ ਹਰ ਵਾਰੀ ਅਤੇ ਸਾਡੇ ਲਈ ਬੜਾ ਖੁਸ਼ੀ ਦਾ ਦਿਨ ਹੈ ਕਿ ਇਲੈਕਸ਼ਨ ਜਿਹੜੇ ਆ ਉਹ ਆ ਗਏ ਨੇ ਔਰ ਸਾਨੂੰ ਮੌਕਾ ਮਿਲ ਰਿਹਾ ਇੱਕ ਵਾਰ ਫਿਰ ਪੰਜਾਬ ਦੇ ਲਈ ਕੁਛ ਚੰਗਾ ਕਰਨ ਦਾ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਜੋ ਕਿ ਪੂਰੇ ਪੰਜਾਬ ਦੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਪੰਜਾਬ ਦੇ ਮੁਸਲਮਾਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਅੱਜ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦੇ ਮਾਧਿਅਮ ਦੇ ਨਾਲ ਤੁਹਾਡੇ ਜ਼ਰੀਏ ਜਿਹੜੀਆਂ ਸਾਡੀਆਂ ਮੁੱਖ ਸਿਆਸੀ ਜਥੇਬੰਦੀਆਂ ਨੇ ਉਹਨਾਂ ਤੱਕ ਪਹੁੰਚਾਉਣਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਵਿੱਚ ਜਿਹੜੇ ਮੁਸਲਮਾਨ ਨੇ ਸਭ ਤੋਂ ਵੱਡੀ ਘੱਟ ਗਿਣਤੀ ਨੇ ਅਤੇ ਪਿਛਲੇ 4-5 ਇਲੈਕਸ਼ਨਾਂ ਤੋਂ ਇਹ ਦੇਖਣ ਨੂੰ ਆਇਆ ਕਿ ਜਿਹੜੀਆਂ ਹੁਣ ਸਾਡੀ ਸਿਆਸੀ ਜਥੇਬੰਦੀਆਂ ਉਹ ਬਤੌਰ ਬੈਲੈਂਸ ਵੋਟ ਦੇ ਮੁਸਲਮਾਨਾਂ ਦਾ ਵਾਰ ਵਾਰ ਇਸਤੇਮਾਲ ਕਰਦੀਆਂ ਹੈ ਲੇਕਿਨ ਇਹਨਾਂ ਦੀ ਜਿਹੜੀਆਂ ਜ਼ਰੂਰਤਾਂ ਆ ਇਹਨਾਂ ਦੇ ਜਿਹੜੇ ਹੱਕ ਹੈ ਉਹ ਹਜੇ ਤੱਕ ਨਹੀਂ ਦਿੱਤੇ ਗਏ। ਜਿਹੜਾ ਚੋਣ ਮੈਨੀਫੈਸਟੋ ਆਉਂਦਾ ਹੈ ਉਹ ਇਹ ਜਥੇਬੰਦੀਆਂ ਵਾਰ ਵਾਰ ਉਹਦੇ 'ਚ ਕਹਿੰਦੀਆਂ ਕਿ ਅਸੀਂ ਮੁਸਲਮਾਨਾਂ ਨੂੰ ਕਬਰਸਤਾਨ ਦੇਵਾਂਗੇ, ਕਬਰਸਤਾਨ ਨਹੀਂ ਦੇਵਾਂਗੇ। ਮੈਂ ਕਹਿਣਾ ਵੀ ਘੱਟੋ ਘੱਟ ਮਰਨ ਤੋਂ ਬਾਅਦ ਦੀ ਗੱਲ ਕਰਦੇ ਹੋ, ਕੋਈ ਜਿਉਂਦਿਆਂ ਨੂੰ ਦੇਣ ਦੀ ਵੀ ਗੱਲ ਕਰ ਲਿਓ। ਜਦ ਜੀ ਰਹੇ ਨੇ ਜਿਹੜੇ ਪਹਿਲਾਂ ਉਹਨਾਂ ਦੀ ਗੱਲ ਕੀਤੀ ਜਾਵੇ। ਔਰ ਪੰਜਾਬ ਦੇ ਮੁਸਲਮਾਨਾਂ ਨੂੰ ਵੀ ਮੈਂ ਕਹਿਣਾ ਕਿ ਸਭ ਤੋਂ ਪਹਿਲਾਂ ਜ਼ਰੂਰਤ ਜਿਹੜੀ ਹੈ ਉਹ ਜਿਹੜਾ ਸਟਾਈਲ ਆਫ ਲਿਵਿੰਗ ਹੈ ਔਰ ਜਿਹੜੀ ਇਹਨਾਂ ਦੀ ਬੇਰੁਜ਼ਗਾਰੀ ਹੈ ਜਾਂ ਇਹਨਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹੈ, ਕਬਰਸਤਾਨਾਂ ਦੀ ਜ਼ਰੂਰਤ ਦੇ ਨਾਲ ਬਿਲਕੁਲ ਉਹ ਪੂਰੀ ਜ਼ਰੂਰਤ ਹੈ, ਮੈਂ ਸਮਝਦਾ ਉਹਨੂੰ, ਕਿਉਂਕਿ ਉਹ ਸਾਡੀ ਅਸਲ ਜ਼ਰੂਰਤ ਹੈ। ਲੇਕਿਨ ਉਹਦੇ ਨਾਲ ਜਿਹੜੀਆਂ ਸਾਡੀ ਜ਼ਿਆਦਾ ਦੂਸਰੀਆਂ ਜ਼ਰੂਰਤਾਂ ਉਹਦੇ ਉੱਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ। ਅਤੇ ਇਸ ਵੇਲੇ ਮੈਂ ਸਿਆਸੀ ਜਥੇਬੰਦੀਆਂ ਨੂੰ ਖਾਸ ਕਰਕੇ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਵੀ ਤੁਹਾਡੇ ਰਾਹੀਂ ਕਹਿਣਾ, ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੋ ਸਰਪ੍ਰਸਤ ਨੇ ਉਹਨਾਂ ਦੇ ਸਾਹਿਬਜ਼ਾਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਕਹਿਣਾ, ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹੁੰਦਾ ਜਾਂ ਹੋਰ ਜਿਹੜੀ ਸਿਆਸੀ ਜਥੇਬੰਦੀਆਂ ਪੰਜਾਬ ਦੇ ਵਿੱਚ ਹੈਗੀਆਂ ਚਾਹੇ ਉਹ ਰਾਸ਼ਟਰੀ ਨੇ ਚਾਹੇ ਉਹ ਲੋਕਲ ਨੇ, ਕਿ ਪੰਜਾਬ 'ਚ ਜਿਹੜੀ ਘੱਟ ਗਿਣਤੀਆਂ ਨੇ ਖਾਸ ਕਰ ਜਿਹੜੇ ਮੁਸਲਮਾਨ ਨੇ ਪੰਜਾਬ ਦੇ ਉਹਨਾਂ ਨੂੰ ਹੁਣ ਸਿਰਫ ਕਬਰਸਤਾਨਾਂ ਦੇ ਵਾਅਦਿਆਂ ਦੀ ਜ਼ਰੂਰਤ ਨਹੀਂ, ਇਹਦੇ ਨਾਲ ਨਾਲ ਇਹਨਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇ ਜਿਸ ਤਰ੍ਹਾਂ ਬਾਕੀ, ਕਿਉਂਕਿ ਪੰਜਾਬ ਦੀ ਜਿਹੜੀ ਮਿੱਟੀ ਹੈ ਇਹਦੀ ਵਿਰਾਸਤ ਦੇ ਵਿੱਚ ਸਰਵ ਧਰਮਾਂ ਦੀ ਮੁਹੱਬਤ ਹੈ। ਪੰਜਾਬ ਦੀ ਜਿਹੜੀ ਮਿੱਟੀ ਹੈ ਔਰ ਪੰਜਾਬ ਦੀ ਜਿਹੜੀ ਵਿਰਾਸਤ ਹੈ ਇਹਦੇ 'ਚ ਹਰੇਕ ਧਰਮ ਦਾ ਸਤਿਕਾਰ ਪਿਆ ਹੈ, ਹਰੇਕ ਧਰਮ ਦੇ ਨਾਲ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਗਈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਅਗਰ ਦੇਖਦੇ ਹਾਂ, ਭਾਈ ਮਰਦਾਨਾ ਤੋਂ ਲੈ ਕੇ ਨਬੀ ਖਾਂ ਗਨੀ ਥਾਂ ਤੱਕ, ਔਰ ਫਿਰ ਤੁਸੀਂ ਹੁਣ ਵੀ ਅਗਰ ਕੋਈ ਪੰਜਾਬੀਆਂ ਦੀ ਤੁਸੀਂ ਗੱਲ ਕਰੋਗੇ ਤਾਂ ਬਤੌਰ ਪੰਜਾਬੀ ਅਸੀਂ ਜਦ ਸਮਾਜ ਦੇ ਵਿੱਚ ਵਿਚਰਾਂਗੇ ਤਾਂ ਤਕਰੀਬਨ ਸਾਰੇ ਹੀ ਧਰਮਾਂ ਦੇ ਲੋਕ ਇੱਕ ਦੂਸਰੇ ਦੇ ਨਾਲ ਗੱਲ ਪਕੜੀ ਪਾਉਂਦੇ ਨੇ। ਅਤੇ ਮੈਂ ਸਿਆਸਤਦਾਨਾਂ ਨੂੰ ਕਹਿਣਾ ਚਾਹੁੰਦਾ ਕਿ ਜਦ ਸਮਾਜ ਦੇ ਵਿੱਚ ਆਪਾਂ ਇਕੱਠੇ ਗੱਲ ਪਕੜੀ ਪਾਉਂਦੇ ਹਾਂ ਤਾਂ ਵਿਧਾਨ ਸਭਾ 'ਚ ਇਕੱਠੇ ਕਿਉਂ ਨਹੀਂ ਨਜ਼ਰ ਆਉਂਦੇ ਪਏ? ਘੱਟੋ ਘੱਟ 6 ਸੀਟਾਂ ਪੰਜਾਬ ਵਿਧਾਨ ਸਭਾ ਦੀਆਂ, ਚਾਹੇ ਕਾਂਗਰਸ ਹੋਏ ਚਾਹੇ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਹੈ, 6 ਵਿਧਾਨ ਸਭਾ ਦੀਆਂ ਸੀਟਾਂ ਆਬਾਦੀ ਦੇ ਲਿਹਾਜ਼ ਨਾਲ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦੇ ਕੇ ਉੱਥੇ ਖੜਾ ਕੀਤਾ ਜਾਣਾ ਚਾਹੀਦਾ। ਇੱਕ ਸਿਰਫ ਇਕੱਲੀ ਮਲੇਰਕੋਟਲੇ ਦੀ ਸੀਟ ਦਿੱਤੀ ਜਾਂਦੀ, ਮਲੇਰਕੋਟਲੇ ਦੇ ਮੁਸਲਮਾਨ ਸਾਡੇ ਵੱਡੇ ਭਰਾ ਨੇ, ਠੀਕ ਨੇ, ਉਹ ਆਪਣੀ ਜਗ੍ਹਾ ਕੰਮ ਕਰ ਰਹੇ ਨੇ, ਲੇਕਿਨ ਬਾਕੀ ਪੂਰੇ ਪੰਜਾਬ ਦੇ ਮੁਸਲਮਾਨਾਂ 'ਤੇ ਕੀ ਹੋਏਗਾ? ਹਰੇਕ ਸੀਟ ਦੇ ਉੱਤੇ ਅਸੀਂ 5 ਤੋਂ ਲੈ ਕੇ 17,000 ਤੱਕ ਬੈਲੈਂਸ ਵੋਟ ਹੈ, ਔਰ ਹਰ ਵਾਰੀ ਕੋਈ ਨਾ ਕੋਈ ਅੱਛੀ ਨੁਮਾਇੰਦਗੀ ਲਿਆਉਣ ਦੇ ਵਿੱਚ ਮੁਸਲਮਾਨ ਆਪਣਾ ਕਿਰਦਾਰ ਅਦਾ ਕਰਦੇ। ਸੁਜਾਨਪੁਰ ਦੀ ਸੀਟ ਹੈ, ਉੱਥੇ ਘੱਟ ਗਿਣਤੀ ਵੀ ਬੜੀ ਤਾਦਾਦ 'ਚ ਨੇ, ਐਸੀ OBC ਭਾਈਚਾਰਾ ਵੀ ਬੜੀ ਤਾਦਾਦ 'ਚ ਨੇ ਉੱਥੋਂ। ਸਾਡੇ ਇੱਕ ਮੇਰੀ ਜਿੱਥੇ ਤੱਕ ਨੌਲੇਜ ਦੇ ਵਿੱਚ ਆਈ ਹੈ ਅਲਾਦੀਨ ਜੀ ਜਿਹੜੇ ਨੇ ਉਹਨਾਂ ਨੇ ਕਾਂਗਰਸ ਤੋਂ ਟਿਕਟ ਮੰਗੀ। ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਕਿਸੇ ਨੇ ਸ਼ੁਰੂਆਤ ਕੀਤੀ। ਮੈਂ ਕਈ ਮੁਸਲਮਾਨਾਂ ਨੂੰ ਪਹਿਲਾਂ ਵੀ ਕਿਹਾ ਵੀ ਤੁਸੀਂ ਜਾਤੀ ਬੱਚਾ ਰੋਏਗਾ ਨਹੀਂ, ਮਾਂ ਦੁੱਧ ਕਿੱਦਾਂ ਦੇਵੇਗੀ? ਉਹ ਟਿਕਟ ਮੰਗ ਰਹੇ ਅਲਾਦੀਨ ਉੱਥੋਂ ਕਾਂਗਰਸ ਦੀ, ਅਤੇ ਮੈਂ ਸਮਝਦਾ ਦੇਣੀ ਚਾਹੀਦੀ। ਇਸੇ ਤਰ੍ਹਾਂ ਅਮਰਗੜ੍ਹ ਦਾ ਹਲਕਾ ਜਿਹੜਾ ਹੈ ਉੱਥੋਂ ਅਬਦੁਲ ਸੱਤਾਰ ਲਿਬੜਾ ਜੀ ਨੇ, ਉਹਨਾਂ ਨੇ ਟਿਕਟ ਮੰਗੀ ਹੈ ਕਾਂਗਰਸ ਦੀ। ਜਾਂ ਇਹਦੇ ਇਲਾਵਾ ਹੋਰ ਜਿਹੜੇ ਹਲਕੇ ਨੇ, ਲੁਧਿਆਣਾ ਸਾਊਥ ਹੈਗਾ ਆ, ਉਹਦੇ ਇਲਾਵਾ ਅਗਰ ਅਸੀਂ ਪਟਿਆਲੇ ਦੇ ਵਿੱਚ ਚਲੇ ਜਾਈਏ, ਪਟਿਆਲੇ ਦੀ ਹਾਤੀ ਦੇ ਚਲੇ ਜਾਈਏ, ਲਹਿਰੇ ਗਾਗੇ ਵਾਲੇ ਪਾਸੇ ਚਲੇ ਜਾਈਏ, ਤੁਹਾਨੂੰ ਐਸੀਆਂ ਕਈ ਸੀਟਾਂ ਪੰਜਾਬ ਦੇ ਵਿੱਚ ਮਿਲਣਗੀਆਂ ਜਿੱਥੇ ਮੁਸਲਮਾਨਾਂ ਦੀ ਗਿਣਤੀ ਅੱਛੀ ਖਾਸੀ ਹੈ ਔਰ ਲੋਕਲ ਮੁਸਲਮਾਨ ਵੀ ਨੇ, ਪੰਜਾਬੀ ਮਾਈਗ੍ਰੇਟ ਮੁਸਲਮਾਨ ਵੀ ਮੌਜੂਦ ਨੇ। ਅਤੇ ਮੈਂ ਇਹਨਾਂ ਸਿਆਸੀ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੀ ਗੱਲ ਹੈ ਕਿ ਸਿਰਫ ਤੁਸੀਂ ਆਪਣੇ ਮੈਨੀਫੈਸਟੋ 'ਤੇ ਹੀ ਲਿਖਦੇ ਰਹੋਗੇ ਕਿ ਤੁਹਾਨੂੰ ਕਬਰਸਤਾਨ ਦੀ ਚਾਰਦੀਵਾਰੀ ਲਈ ਪੈਸੇ ਦਿੱਤੇ ਜਾਣਗੇ? ਕਬਰਸਤਾਨ ਦੀ ਚਾਰਦੀਵਾਰੀ ਦੇ ਪੈਸੇ ਤਾਂ ਸਾਡਾ ਬੁਨਿਆਦੀ ਹੱਕ ਹੈ, ਉਹ ਤਾਂ ਸਰਵ ਧਰਮਾਂ ਦੇ ਲੋਕਾਂ ਨੂੰ, ਹਰੇਕ ਦੀ ਜਿਹੜੀ ਆਖਰੀ ਆਰਾਮਗਾਹ ਜਾਂ ਆਖਰ ਜਿੱਥੇ ਪਹੁੰਚਦਾ ਬੰਦਾ ਉਹਨੂੰ ਸਰਕਾਰ ਠੀਕ ਕਰਾ ਕੇ ਦਿੰਦੀ। ਘੱਟੋ ਘੱਟ 6 ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਮੁਸਲਮਾਨਾਂ ਨੂੰ ਦਿੱਤੀਆਂ ਜਾਣ, 6 ਵਿਧਾਨ ਸਭਾ ਸੀਟਾਂ ਜਿੱਥੇ ਜਿੱਥੇ ਇਹਨਾਂ ਨੂੰ ਆਪ ਪਤਾ ਸਿਆਸੀ ਜਥੇਬੰਦੀਆਂ ਨੂੰ ਕਿੱਥੇ ਕਿੱਥੇ ਲੋਕ ਇਹਨਾਂ ਤੋਂ ਮੰਗ ਰਹੇ ਨੇ ਉਹ ਇਹਨਾਂ ਨੂੰ ਦਿੱਤੀ ਜਾਣੀ ਚਾਹੀਦੀ। ਦੂਸਰੀ ਗੱਲ ਇਹ ਹੈ ਕਿ ਜਿਹੜੀ ਮੈਨੀਫੈਸਟੋ ਦੇ ਵਿੱਚ ਸਿਰਫ ਕਬਰਸਤਾਨਾਂ ਦੀ ਗੱਲ ਆਉਂਦੀ ਹੈ ਵਾਰ ਵਾਰ, ਉਹਦੇ ਜਗ੍ਹਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਨੂੰ ਜਿਹੜਾ ਨਾ ਜਿਹੜੇ ਮੁਸਲਮਾਨ ਅਦਰ ਬੈਕਵਰਡ ਕਲਾਸਿਸ 'ਚ ਆਉਂਦੇ ਸੀਗੇ, ਉਹ ਬਾਦਲ ਸਾਹਿਬ ਨੇ ਇੱਕ ਵਾਰੀ ਇਹਨਾਂ ਦਾ ਕੋਈ 77 ਇਲੈਕਸ਼ਨ ਲੜਿਆ DS ਗੁਰੂ, ਉਹਦੇ ਬਾਅਦ ਇੱਕ ਕੈਬਨਿਟ ਨੇ ਕਾਨੂੰਨ ਜਿਹਾ ਬਣਾ ਦਿੱਤਾ ਕਿ ਜੀ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਮਿਲਣੀ ਨਹੀਂ ਹੈ
ओबीसी ਦੇ ਸਰਟੀਫਿਕੇਟ ਜਿਹੜੇ ਬਣਦੇ ਉਸ ਬਰਾਦਰੀ ਦੇ ਵਿੱਚ ਵੀ ਸਾਡੇ ਕਈ ਬੱਚੇ ਨਹੀਂ ਹਜ਼ਾਰਾਂ ਬੱਚੇ ਦਾਖਲੇ ਰਹਿਣ ਤੋਂ ਰਹਿ ਗਏ। ਮੈਂ ਸਰਕਾਰਾਂ ਨੂੰ ਆਉਣ ਵਾਲੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਚੋਣ ਮੈਨੂਫੈਸਟੋ ਵਿੱਚ ਸਾਡੇ ਜਿਹੜੇ ਅਦਰ ਬੈਕਵਰਡ ਕਲਾਸਿਸ 'ਚ ਜਿਹੜੀਆਂ ਬਰਾਦਰੀਆਂ ਆਉਂਦੀਆਂ ਉਹਨਾਂ ਨੂੰ ਦੁਬਾਰਾ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਸਰਟੀਫਿਕੇਟ ਮਿਲ ਸਕੇ। ਉਹਦੇ ਇਲਾਵਾ ਸਾਡੀ ਵੱਡੀ ਜ਼ਰੂਰਤ ਜਿਹੜੀ ਹੈ ਲੁਧਿਆਣਾ ਸਮੇਤ ਪੰਜਾਬ ਦੇ 5 ਵੱਡੇ ਸ਼ਹਿਰ ਅੰਮ੍ਰਿਤਸਰ ਹੈ, ਜਲੰਧਰ ਹੈ, ਪਟਿਆਲਾ ਹੈ, ਬਠਿੰਡਾ ਹੈ। ਸਾਨੂੰ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਬੜੇ ਇਸਲਾਮੀਆ ਹਾਈ ਸਕੂਲ ਖੋਲ੍ਹ ਕੇ ਦਿੱਤੇ ਜਾਣ ਜਿੱਥੇ ਸਾਡੇ ਬੱਚੇ ਪਲੱਸ ਟੂ ਤੱਕ ਤਾਂ ਘੱਟੋ ਘੱਟ ਉੱਥੇ ਪੜ੍ਹਨ, ਉਸ ਤੋਂ ਬਾਅਦ ਇੰਟਰ ਕਾਲਜ ਨੂੰ ਦੇਖਾਂਗੇ। ਕਿਉਂਕਿ ਮੁਸਲਮਾਨਾਂ ਨੂੰ ਬੜੀ ਜ਼ਰੂਰਤ ਇਹ ਹੈ ਕਿ ਅਸੀਂ ਚਾਹੁੰਦੇ ਕਿ ਜਦੋਂ ਸਾਡਾ ਬੱਚਾ ਅੰਗਰੇਜ਼ੀ ਤਾਲੀਮ ਹਾਸਲ ਕਰੇ ਤਾਂ ਉਹ ਨਾਲ ਕੁਰਾਨ ਸ਼ਰੀਫ ਜ਼ਰੂਰ ਪੜ੍ਹ ਲਵੇ। ਲੁਧਿਆਣੇ 'ਚ ਸਕੂਲ ਜਦੋਂ ਖੋਲ੍ਹਿਆ ਗਿਆ ਵਕਫ ਬੋਰਡ ਵੱਲੋਂ 8ਵੀਂ ਕਲਾਸ ਤੱਕ ਦਾ, ਪਟਿਆਲੇ 'ਚ ਖੋਲ੍ਹਿਆ ਉਹ ਵੀ ਸੀਨੀਅਰ ਸੈਕੰਡਰੀ ਤੱਕ ਨਹੀਂ ਪਹੁੰਚਿਆ। ਅਤੇ ਮੈਂ ਕਹਿੰਦਾ ਕਿ ਬਾਕੀ ਸ਼ਹਿਰਾਂ 'ਚ ਤਾਂ ਖੋਲ੍ਹਿਆ ਹੀ ਨਹੀਂ, ਨਾ ਅੰਮ੍ਰਿਤਸਰ 'ਚ ਖੋਲ੍ਹਿਆ, ਨਾ ਜਲੰਧਰ ਦੇ ਵਿੱਚ ਖੋਲ੍ਹਿਆ, ਨਾ ਬਠਿੰਡੇ ਦੇ ਵਿੱਚ ਸਾਡੇ ਕੋਲ ਕੋਈ ਬੜਾ ਸਕੂਲ ਹੈ। ਅਤੇ ਆਬਾਦੀ ਦੇ ਲਿਹਾਜ਼ ਨਾਲ ਜਿੱਥੇ ਮੁਸਲਮਾਨਾਂ ਨੂੰ ਐਸੇ ਸਕੂਲਾਂ ਦੀ ਜ਼ਰੂਰਤ ਹੈ ਕਿ ਉਹਨਾਂ ਦੀ ਦੀਨੀ ਤਾਲੀਮ ਦੇ ਨਾਲ ਨਾਲ ਦੁਨਿਆਵੀ ਤਾਲੀਮ ਜਿਹੜੀ ਆ ਉਹ ਹੋ ਸਕੇ, ਅਤੇ ਇਹ ਵੀ ਗੱਲ ਜਿਹੜੀ ਹੈ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ। ਇਹਦੇ ਇਲਾਵਾ ਨੌਕਰੀਆਂ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਨੌਕਰੀਆਂ ਦੇ ਵਿੱਚ ਪੰਜਾਬੀ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹ ਕਾਫੀ ਹੱਦ ਤੱਕ ਪਿਛੜਿਆ ਹੋਇਆ। ਉਹਨੇ ਜਨਰਲ ਕੈਟਾਗਰੀ ਤੱਕ ਹੁਣ ਤੱਕ ਜਿਹੜੀਆਂ ਨੌਕਰੀਆਂ ਹਾਸਲ ਕੀਤੀਆਂ, ਲੇਕਿਨ ਉਹਦੇ ਨਾਲ ਨਾਲ ਸਾਨੂੰ ਇਹ ਚਾਹੀਦਾ ਸੀਗਾ ਕਿ ਕੁਛ ਥੋੜ੍ਹੀ ਬਹੁਤ ਇਹਨਾਂ ਨੂੰ ਰਿਆਇਤ ਦਿੱਤੀ ਜਾਂਦੀ, ਉਹ ਰਿਆਇਤ ਹਜੇ ਤੱਕ ਨਹੀਂ ਮਿਲੀ। ਅਤੇ ਮੈਂ ਇਹ ਅੱਜ 3-4 ਗੁਜ਼ਾਰਿਸ਼ਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਲਈ ਲੈ ਕੇ ਆਇਆ, ਚੋਣ ਮੈਨੀਫੈਸਟੋ ਉਹ ਆਪਣੇ ਆਪਣੇ ਤਿਆਰ ਕਰਨ। ਅਗਰ ਉਹ ਤਿਆਰ ਕਰਦੇ ਜਿੱਥੇ ਪੰਜਾਬ ਦੇ ਸਾਰੇ ਭਾਈਚਾਰਿਆਂ ਦਾ ਧਿਆਨ ਦਿੰਦੇ ਆ, ਲੇਕਿਨ ਅਫਸੋਸ ਦੀ ਗੱਲ ਹੈ ਜਿੰਨੀਆਂ ਵੀ ਸਾਡੀਆਂ ਮੁੱਖ ਜਥੇਬੰਦੀਆਂ ਸਿਆਸੀ, ਚਾਹੇ ਹੁਣ ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਚਲੇ ਜਾ ਰਹੇ ਨੇ ਜਿਹੜੇ ਉਹ ਨੇ, ਉਹਨਾਂ ਤੋਂ ਇਲਾਵਾ ਕੇਜਰੀਵਾਲ ਲੈ ਲਓ ਜਾਂ ਬਾਦਲ ਸਾਹਿਬ ਨੂੰ ਲੈ ਲਓ, ਉਹਨਾਂ ਨੇ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਕਦੀ ਵੀ ਸੰਜੀਦਗੀ ਦੇ ਨਾਲ ਨਹੀਂ ਲਿੱਤਾ। ਹਾਂ, ਉਹ ਇਹ ਸਮਝਦੇ ਨੇ ਕਿ ਟਾਈਮ ਜਦੋਂ ਆਏਗਾ ਕੋਈ ਵੀ ਮੁਸਲਮਾਨ ਲੀਡਰ ਖੜ ਕੇ ਉੱਠ ਕੇ ਕਹਿ ਕੇ ਫਤਵਾ ਦੇ ਦੇਵੇ, ਐਸਾ ਕੋਈ ਫਤਵਾ ਕਿਸੇ ਦੇ ਹੱਕ ਦੇ ਵਿੱਚ ਜਾਰੀ ਹੋਣ ਵਾਲਾ ਨਹੀਂ ਹੈ। ਹੁਣ ਲੋਕ ਬਹੁਤ ਸਿਆਣੇ ਹੋ ਗਏ ਨੇ, ਲੋਕ ਆਪਣੀ ਜ਼ਰੂਰਤ ਮੰਗਦੇ ਨੇ। ਮੈਂ ਕਿਉਂਕਿ ਪੰਜਾਬ ਦੇ ਮੁਸਲਮਾਨਾਂ ਦਾ ਸੇਵਾਦਾਰ ਹਾਂ, ਉਹ ਮੇਰੇ ਤੱਕ ਵਾਰ ਵਾਰ ਅਪਰੋਚ ਕਰ ਰਹੇ ਕਿ ਸਾਡੀ ਗੱਲ ਜਿਹੜੀ ਹੈ ਸਿਆਸੀ ਜਥੇਬੰਦੀਆਂ ਤੱਕ ਪਹੁੰਚਾਓ। ਅਤੇ ਮੈਂ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਇਸ ਲਈ ਬੁਲਾਈ ਕਿ ਮੁਸਲਮਾਨਾਂ ਦੀਆਂ ਜਿਹੜੀਆਂ ਮੌਜੂਦਾ ਜ਼ਰੂਰਤਾਂ ਪੰਜਾਬ ਦੇ ਮੁਸਲਮਾਨਾਂ ਦੀਆਂ, ਕਿਉਂਕਿ ਜਦ ਅਸੀਂ ਹੁਣ ਲੋਕਤੰਤਰ ਦਾ ਸਭ ਤੋਂ ਬੜਾ ਮਹੋਤਸਵ ਮਨਾਉਣ ਲਈ ਪੰਜਾਬ ਦੇ ਵਿੱਚ ਜਾ ਰਹੇ ਹਾਂ, ਅਤੇ ਮੈਂ ਸਮਝਦਾ ਹਾਂ ਕਿ ਬਤੌਰ ਪੰਜਾਬੀ ਹੋਣ ਦੇ ਕਿ ਬਤੌਰ ਜਿੱਥੇ ਅਸੀਂ ਸਰਵ ਧਰਮਾਂ ਦੇ ਲੋਕਾਂ ਦੀ ਜ਼ਰੂਰਤਾਂ ਦਾ ਖਿਆਲ ਰੱਖਦੇ ਪਏ, ਜਿੱਥੇ ਅਸੀਂ ਹਰੇਕ ਜ਼ਾਤ ਔਰ ਬਰਾਦਰੀ ਦੇ ਲੋਕਾਂ ਲਈ ਐਲਾਨ ਕੀਤਾ ਸਰਕਾਰਾਂ ਨੇ, ਉੱਥੇ ਆਉਣ ਵਾਲੇ ਸਮੇਂ 'ਚ ਜਿਹੜਾ ਪੰਜਾਬ ਦੇ ਮੁਸਲਮਾਨਾਂ ਨੂੰ ਵੀ ਰਾਹ ਦਿੱਤੀ। ਜਿਹੜਾ ਤੁਸੀਂ 6 ਹਲਕਿਆਂ ਤੋਂ ਟਿਕਟ ਮੰਗ ਰਹੇ ਹੋ, 6 ਸ਼ਹਿਰਾਂ ਦੇ ਵਿੱਚੋਂ ਕਿਹੜੇ ਕਿਹੜੇ ਹਲਕੇ ਨੇ, ਕੋਈ ਲਿਸਟ ਬਣਾਈ ਗਈ ਹੈ ਜਾਂ ਉਮੀਦਵਾਰ ਦੀ ਲਿਸਟ ਬਣਾਈ ਗਈ? ਨਹੀਂ ਨਹੀਂ, ਬਿਲਕੁਲ ਇੱਦਾਂ ਨਾ, ਅਸੀਂ ਕੋਈ ਉਮੀਦਵਾਰਾਂ ਦੀ ਲਿਸਟ ਨਹੀਂ ਬਣਾਈ, ਲੇਕਿਨ ਜਿੱਥੇ ਤੱਕ ਹੁਣ ਤੱਕ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ, ਮਿਸਾਲ ਦੇ ਤੌਰ 'ਤੇ ਸੁਜਾਨਪੁਰ ਹੈ ਪਠਾਨਕੋਟ ਦੇ ਕੋਲ ਹਲਕਾ ਹੈ, ਦਨੇਰੇ ਤੋਂ ਲੈ ਕੇ ਪਠਾਨਕੋਟ ਤੱਕ ਉਹਦੇ 'ਚ ਐਸੀ ਇਸ ਵੇਲੇ ਸਥਿਤੀ ਹੈ ਕਿ ਇੱਕ ਮੁਸਲਮਾਨ ਉਮੀਦਵਾਰ ਆਰਾਮ ਨਾਲ ਅਗਰ ਉਹਨੂੰ ਕੋਈ ਸਿਆਸੀ ਜਥੇਬੰਦੀ ਆਪਣਾ ਉਮੀਦਵਾਰ ਕੋਸ਼ਿਸ਼ ਕਰੇਗੀ ਤਾਂ ਉਹ ਸੀਟ ਕੱਢ ਸਕਦਾ। ਉੱਥੋਂ ਅਲਾਦੀਨ ਜੀ ਨੇ ਕਾਂਗਰਸ ਦੀ ਟਿਕਟ ਮੰਗੀ ਹੈ। ਇਸੀ ਤਰ੍ਹਾਂ ਅਮਰਗੜ੍ਹ ਦਾ ਜਿਹੜਾ ਹਲਕਾ ਹੈ ਮਲੇਰਕੋਟਲਾ ਦੇ ਬਿਲਕੁਲ ਨਾਲ ਲੱਗਦੀ ਸੀਟ ਹੈ, 42,000 ਉੱਥੇ ਘੱਟ ਗਿਣਤੀਆਂ ਦੇ ਲੋਕ ਨੇ, ਬਾਕੀ ਸਾਡਾ ਜੱਟ ਭਾਈਚਾਰਾ, ਐਸ ਸੀ ਓ ਬੀ ਸੀ ਭਾਈਚਾਰਾ। ਅਗਰ ਕੋਈ ਵੀ ਸਿਆਸੀ, ਅਗਰ ਮੇਰੀ ਗੱਲ ਸੁਣੋ, ਅਗਰ ਤੁਸੀਂ ਕਿਸੇ ਵੀ ਸਿਆਸੀ ਜਥੇਬੰਦੀ ਤੋਂ ਨੋਨ ਮੁਸਲਿਮ ਨੂੰ ਟਿਕਟ ਦਿੰਦੇ ਹੋ ਤਾਂ ਮੁਸਲਮਾਨ ਨੂੰ ਵੋਟ ਨਹੀਂ ਪਾਉਂਦੇ? ਬਿਲਕੁਲ ਪਾਉਂਦੇ ਹੈ ਨਾ, ਅਤੇ ਜ਼ਾਹਿਰ ਜੀ ਗੱਲ ਹੈ ਕਿ ਜਦ ਤੁਸੀਂ ਕਿਸੇ ਮੁਸਲਮਾਨ ਨੂੰ ਨੁਮਾਇੰਦਗੀ ਦਿਓਗੇ ਤਾਂ ਸਾਡੇ ਹਿੰਦੂ ਸਿੱਖ ਭਰਾ ਵੋਟ ਨਹੀਂ ਪਾਉਣਗੇ? ਉਹ ਵੀ ਪਾਉਣਗੇ। ਪੰਜਾਬ 'ਚ ਐਸੀ ਕੋਈ ਨਫ਼ਰਤ ਨਹੀਂ ਹੈ, ਉਹ ਦਓ ਤਾਂ ਸਹੀ, ਨੁਮਾਇੰਦਗੀ ਤਾਂ ਦਓ ਘੱਟੋ ਘੱਟ। ਅਸੀਂ ਇਹੀ ਇਸੀ ਗੱਲ ਲਈ ਅੱਜ ਇਹਨਾਂ ਨੂੰ ਕਿਹਾ, ਲੁਧਿਆਣਾ ਸਾਊਥ ਦੀ ਸੀਟ ਹੈ, ਉਹਦੇ ਪਾਸੇ ਕਿੰਨੇ ਪਿੰਡ ਲੱਗਦੇ ਨੇ, ਜਾਂ ਸਾਹਨੇਵਾਲ ਵਾਲੀ ਸੀਟ ਦੇਖ ਲਓ, ਅਤੇ ਇੱਦਾਂ ਹੀ ਲਹਿਰਾ ਕਾਕਾ ਚਲੇ ਜਾਓ ਤੁਸੀਂ। ਮੇਰਾ ਅੰਦਾਜ਼ਾ ਤਕਰੀਬਨ 18,000 ਤੋਂ 22,000 ਉੱਥੇ ਮੁਸਲਮਾਨਾਂ ਦੀ ਵੋਟ ਹੈ। ਇਸੀ ਤਰ੍ਹਾਂ ਤੁਹਾਡਾ ਇੱਧਰ ਰਾਏਕੋਟ ਦੇ ਹਲਕੇ ਦੇਖ ਲਓ ਤੁਸੀਂ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਿਆਸੀ ਜਥੇਬੰਦੀਆਂ ਨੇ ਉਹ ਨੁਮਾਇੰਦਗੀ ਦੇਣ ਘੱਟ ਗਿਣਤੀਆਂ, ਘੱਟ ਗਿਣਤੀਆਂ ਨੂੰ ਨਾਲ ਜੇ ਰੱਖਣਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਨੁਮਾਇੰਦਗੀ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ। ਤੁਸੀਂ ਪਾਰਟੀ ਕੋਲ ਇੱਕ ਪਾਰਟੀ ਨੂੰ ਕਹਿ ਰਹੇ ਹੋ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਹਿ ਰਹੇ ਹੋ? ਸਾਰਿਆਂ ਨੂੰ ਕਹਿ ਰਹੇ ਜੀ। ਮੈਂ ਤਾਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਕਹਿ ਰਿਹਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਹਿ ਰਿਹਾ, ਆਮ ਆਦਮੀ ਦੇ ਪ੍ਰਧਾਨ ਭਗਵੰਤ ਮਾਨ ਸਮੇਤ ਜਿੰਨੀਆਂ ਸਿਆਸੀ ਪਾਰਟੀਆਂ ਜਾਗੋ ਖੜੇ ਕਰੀਏ ਘਮਸਾਨ ਜ਼ਿਆਦਾ ਵੱਜੂਗਾ ਜਿਵੇਂ ਮੇਰਕੋਟ ਦੇ? ਹਜੇ ਤਾਂ ਦੇ ਹੀ ਨਹੀਂ ਰਹੇ ਜੀ ਘਮਸਾਨ, ਤਾਂ ਜੇ ਕੁਛ ਦਓਗੇ ਤਾਂ ਘੱਟੋ ਘੱਟ ਖੋਵਾਂਗੇ, ਕੋਈ ਲੜਾਂਗੇ ਇਲੈਕਸ਼ਨ ਦੇ ਲਈ। ਦਿੱਤਾ ਹੀ ਨਹੀਂ ਇਹਨਾਂ ਨੇ ਅੱਜ ਤੱਕ, ਤਾਂ ਕੋਈ ਕੌਂਸਲਰ ਤੱਕ ਦੀ ਟਿਕਟ ਨਹੀਂ ਦਿੱਤੀ ਮਲੇਰਕੋਟਲੇ ਤੋਂ ਬਾਹਰ ਅਜੇ ਤੱਕ ਪੰਜਾਬ 'ਚ ਕਿਸੇ ਵੀ ਸਿਆਸੀ ਜਥੇਬੰਦੀ ਨੂੰ। ਉਹਨਾਂ ਨੂੰ ਵੀ ਕਿਹਾ ਹੀ ਰਹੇ, ਕਿਸਾਨਾਂ ਦਾ ਤਾਂ ਬਥੇਰਾ ਸਾਥ ਦਿੱਤਾ ਅਸੀਂ, ਜੀ ਤੋੜ ਕੇ ਸਾਥ ਦਿੱਤਾ। ਹਾਂ ਬਿਲਕੁਲ, ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਉਹਨਾਂ ਨੂੰ ਵੀ ਬਿਲਕੁਲ ਸੋਚਣਾ ਚਾਹੀਦਾ ਕਿ ਜਿਹੜੀ ਪੰਜਾਬ ਦੀਆਂ ਘੱਟ ਗਿਣਤੀਆਂ ਜੇ ਉੱਥੇ ਕਿੰਨੇ ਲੋਕ ਸ਼ਹੀਦ ਹੋਏ ਆ, ਲਿਸਟ ਚੱਕ ਲਓ, ਸਾਡਾ ਨਾਮ ਵਿੱਚ ਹੈਗਾ, ਇੱਕ ਵਾਰੀ ਨਹੀਂ ਹੈ, ਵਾਰ ਵਾਰ ਹੈ। ਜਲਿਆਂਵਾਲੇ ਬਾਗ ਦੀ ਲਿਸਟ ਚੱਕ